पर भी कम किया। ਤੁਹਾਨੂੰ ਇਹ ਪਤਾ ਲੱਗ ਗਿਆ ਛੱਡਦੇ ਨੂੰ ਪਿੱਛੇ ਪੈ ਗਏ ਕੁਛ ਨਾ ਕੁਛ ਧਾਰੀ ਬਾਈ ਆਏ ਡਾਕਟਰ ਨੇ ਹੀ ਗਿਆ ਤਬੀਆਤ ਬਲੋਕ ਸੰਦੇਸ਼ ਕਰਾਉਣ ਦੇਖ ਲੈਂਦੇ ਨੇ ਮਾੜਾ ਜਿਹਾ ਹੁੰਦਾ ਇਹ ਲੱਖ ਡੋਲਰ ਬਣ ਜਾਂਦਾ ਪਰ ਸਮਝਦਾਰੀ ਨੇ ਕੀਤੀ ਕਿਰਾਏ ਨੂੰ ਰੋਟੀ ਵੀ ਖਾ ਰਿਹਾ ਸਾਰਾ ਕੁਛ ਡਿਲੀਵਰ ਕਰ ਮੁੰਡਾ ਦਾ ਚਿਹਰੇ ਦਾ ਰੰਗ ਬਦਲ ਗਿਆ ਪਹਿਲਾਂ ਉੱਥੇ ਕਿਸ ਦਾ ਇੱਥੇ ਕਿੱਥੇ ਸੰਪਰਕ ਦੇ ਵਿੱਚ ਹੈਗਾ ਨਾਕਰੇ ਸਾਹਿਬ ਦੇ ਵਿੱਚ ਖੰਭਾਂ ਦੇ ਰੱਖੋ ਨਾਕਰੇ ਸਾਹਿਬ ਬਾਹਰ ਕੱਢੋ
ਪਹਿਲੇ ਨਾਲੋਂ ਕਿਵੇਂ? ਪਹਿਲੇ ਨਾਲੋਂ 90% ਠੀਕ। ਅੱਜ ਚੌਥਾ ਦਿਨ ਹੋ ਗਿਆ, ਚੌਥਾ ਦਿਨ ਸੰਤਾਂ ਨੂੰ ਮੈਸੇਜ ਦੇਣੀ ਬੋਲੋ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਨਮਸਕਾਰ, ਪ੍ਰਣਾਮ। ਅੱਜ ਕੈਂਪ ਦਾ ਚੌਥਾ ਦਿਨ ਹੈ ਔਰ ਕਾਫੀ ਸੰਗਤਾਂ ਬਾਹਰ ਬੈਠੀਆਂ ਵੀ ਨੇ, ਕਈਆਂ ਦੇ ਇਲਾਜ ਹੋ ਗਏ। ਔਰ ਸਾਡੇ ਕੋਲ ਬਾਬਾ ਜੀ ਨੇ, ਬਾਬਾ ਭਾਈ ਸਾਹਿਬ ਭਾਈ ਬਿਲੰਬਰ ਸਿੰਘ ਜੀ, ਇਹਨਾਂ ਨੇ ਇਸ ਕੈਂਪ ਦਾ ਔਰਗਨਾਈਜ਼ ਕੀਤਾ ਲੋਕਾਂ ਦੇ ਭਲੇ ਵਾਸਤੇ, ਸੰਗਤਾਂ ਦੀ ਨਿਰੋਗਤਾ ਲਈ। ਔਰ ਬਹੁਤ ਹੀ ਪਰਉਪਕਾਰੀ ਨੇ, ਇਹਨਾਂ ਦੇ ਵੀ ਪੇਟ ਦੇ ਵਿੱਚ ਕਾਫੀ ਪ੍ਰੋਬਲਮ ਆ ਗਈ ਸੀ ਔਰ ਅੱਜ ਚੌਥਾ ਦਿਨ ਹੋ ਗਿਆ ਇਲਾਜ ਕਰਦੇ ਹਨ। ਕਹਿੰਦੇ ਨੇ 90% ਠੀਕ ਹੈ, ਪੇਟ ਦੇ ਵਿੱਚ ਜਕੜਨ ਹੋ ਗਈ ਸੀ, ਜਾਮ ਹੋ ਗਿਆ ਸੀ ਔਰ ਕਾਫੀ ਡਾਕਟਰਾਂ ਨੇ ਤਾਂ ਪੰਜ ਛੇ ਉਹ ਡਿੱਪਾਂ ਵੀ ਲਾ ਤੀਆਂ ਔਰ ਅਲਟਰਾਸਾਊਂਡ ਕਰਾ ਉਹ ਕਰਾ ਕਾਫੀ ਕੁਛ ਉਲਝਾਅ ਪੈਦਾ ਹੋ ਗਿਆ। ਹੁਣ ਬਿਨਾਂ ਦਵਾਈ ਸਾਰਾ ਇਲਾਜ ਹੋਇਆ ਨਿਊਰੋ ਹੀਲਿੰਗ ਥੈਰੇਪੀ ਦੇ ਨਾਲ ਔਰ ਹੁਣ ਕਾਫੀ ਮਹਿਸੂਸ ਕਰਦੇ ਨੇ, ਬਾਬਾ ਜੀ ਦੱਸਣਗੇ। ਦੱਸੋ ਮਹਾਰਾਜ ਜੀ, ਸਤਿ ਸ਼੍ਰੀ ਅਕਾਲ ਸਾਹਿਬ। ਕੀਤਾ ਤਾਂ ਕਾਫੀ ਸਾਲਾਂ ਤੋਂ ਸੀ ਕਿ ਸੰਗਤ ਦਾ ਭਲੇ ਵਾਸਤੇ, ਪਰ ਮੈਂ ਸਮਝਦਾ ਕਿ ਸ਼ਾਇਦ ਪਰਮੇਸ਼ੁਰ ਵੱਲੋਂ ਮੇਰਾ ਆਪਣਾ ਹੀ ਭਲਾ ਹੋਣਾ ਸੀ, ਤਾਂ ਇਹ ਕਾਰਜ ਜਿਹੜਾ ਸੀ ਜੋ ਮਿਥਿਆ ਗਿਆ ਸੀ ਕਿ 4 ਮਈ ਤੋਂ ਜਿਹੜਾ ਸੀ ਇੱਥੇ ਨਿਊਰੋ ਹੀਲਿੰਗ ਕੈਂਪ ਦਾ ਸ਼ੁਰੂਆਤ ਕਰਨੀ ਸੀ। ਉਸ ਤੋਂ ਕੁਛ ਦਿਨ ਪਹਿਲਾਂ, ਕਿਉਂਕਿ ਪਹਿਲਾਂ ਅਸੀਂ 1 ਮਈ ਨੂੰ ਵੀ ਸੋਚਿਆ ਸੀ ਕਿ 1 ਮਈ ਤੋਂ ਸ਼ੁਰੂ ਕਰਾਂਗੇ ਕੈਂਪ, ਪਰ 29 ਤਰੀਕ ਨੂੰ ਮੈਨੂੰ ਖੁਦ ਨੂੰ ਪੇਟ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਡਾਕਟਰਾਂ ਦੇ ਅਨੁਸਾਰ ਕੋਈ ਇਨਫੈਕਸ਼ਨ ਹੋ ਗਈ ਪੇਟ ਦੇ ਵਿੱਚ, ਜਿਸ ਕਰਕੇ ਪਿਛਲਾ 4-5 ਸਾਲ ਮੈਨੂੰ ਸਟੂਲ ਪਾਸ ਨਹੀਂ ਹੋਇਆ ਔਰ ਸਾਰੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ। ਫਿਰ ਡਾਕਟਰੀ ਇਲਾਜ ਤੋਂ ਬਾਅਦ ਜਦੋਂ ਨਹੀਂ ਕੁਛ ਖਾਸ ਫਰਕ ਪਿਆ ਤਾਂ ਫਿਰ ਮਹਾਂਪੁਰਸ਼ ਕਹਿੰਦੇ ਕਿ ਚਲੋ ਆਪਾਂ ਕੈਂਪ ਦਾ ਉਦਘਾਟਨ ਕਰਨਾ ਅਤੇ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਤਾਂ ਫਿਰ ਇਹਨਾਂ ਨੇ ਪਹਿਲੇ ਦਿਨ ਜਦੋਂ ਕੀਤਾ ਤਾਂ ਮੈਨੂੰ ਜਿਹੜੀ ਦਰਦ ਸੀ, ਜਿਹੜੀ ਕੰਟੀਨਿਊ 1 ਹਫ਼ਤੇ ਤੋਂ ਦਰਦ ਰਹਿ ਰਹੀ ਸੀ, ਉਹ ਦਰਦ ਮੇਰੀ ਠੀਕ ਹੋ ਗਈ ਇੱਕੋ ਥੈਰੇਪੀ ਕਰਨ ਦੇ ਨਾਲ ਹੀ, ਔਰ ਹੌਲੀ ਹੌਲੀ ਫਿਰ ਕੱਲ੍ਹ ਜਿਹੜਾ ਸੀ ਮੇਰਾ ਪੇਟ ਵੀ ਸਾਫ਼ ਹੋ ਗਿਆ ਔਰ ਹੁਣ ਮੈਂ ਕਾਫੀ ਜਿਹੜਾ ਆਪਣੇ ਆਪ ਨੂੰ 90% ਜਿਹੜਾ ਹੈ ਉਹ ਤੰਦਰੁਸਤ ਮਹਿਸੂਸ ਕਰ ਰਿਹਾ ਵਾਂ। ਔਰ ਮੈਂ ਇਹ ਗੱਲ ਨੂੰ ਸਾਰੀ ਸੰਗਤ ਨੂੰ ਕਹਾਂਗਾ ਕਿ ਜ਼ਰੂਰ ਆਪਾਂ ਜਿੱਥੇ ਇਹ ਮਹਾਂਪੁਰਸ਼ ਪਰਉਪਕਾਰ ਕਰ ਰਹੇ ਨੇ, ਸਿਰਫ ਇਹ 18 ਤਰੀਕ ਤੱਕ ਮਤਲਬ ਕਿਤੇ ਵੀ ਕੈਂਪ ਲਾਉਂਦੇ ਆ, 14-15 ਦਿਨ ਦਾ ਕੈਂਪ ਹੁੰਦਾ ਹੈ ਔਰ 14-15 ਦਿਨ ਦੇ ਵਿੱਚ ਕੁਛ ਗਿਣਤੀ ਦੇ ਲੋਕ ਲਾਹਾ ਉਠਾ ਲੈਂਦੇ ਨੇ, ਉਸ ਦੇ ਵੱਡਾ ਲਾਹਾ ਇਹ ਹੋਣਾ ਚਾਹੀਦਾ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਨਾਲ ਲਾਈਏ ਤਾਂ ਕਿ ਉਹ ਬੱਚੇ ਸਾਡੇ ਸਿੱਖਣ ਅਤੇ ਭਵਿੱਖ ਦੇ ਵਿੱਚ ਜਿਸ ਤਰ੍ਹਾਂ ਸਾਡੇ ਫਿਰੋਜ਼ਪੁਰ ਦੇ ਵਿੱਚ ਅੱਜ ਜਿਹੜਾ ਕੈਂਪ ਲੱਗਾ ਹੈ, ਮੇਰੇ ਖਿਆਲ 'ਚ ਪਿਛਲੇ 12-13 ਸਾਲਾਂ ਬਾਅਦ ਲੱਗਾ ਹੋਇਆ ਕੈਂਪ, ਤੋਂ ਬਿਮਾਰ ਤਾਂ ਰੋਜ਼ ਹੀ ਰੋਗ ਹੁੰਦੇ ਰਹਿੰਦੇ ਨੇ। ਇਸ ਕਰਕੇ ਮੈਂ ਸੰਗਤ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਆਪਾਂ ਜਿੱਥੇ ਆਪ ਦਵਾਈਆਂ ਤੋਂ ਬਚ ਸਕੀਏ, ਕਿਉਂਕਿ ਮੈਂ ਪਹਿਲਾਂ ਵੀ ਅਰਜ਼ੀ ਕੀਤੀ ਸੀ ਜੋ ਐਲੋਪੈਥੀ ਦਵਾਈ ਹੈ ਉਹ ਜਿੱਥੇ ਫਾਇਦਾ ਕਰਦੇ ਉੱਥੇ ਨੁਕਸਾਨ ਵੀ ਕਰਦੇ। ਇਹ ਜਿਹੜੀ ਬਹੁਤ ਹੀ ਵਧੀਆ ਇਹਨਾਂ ਨੇ ਖੋਜ ਕੀਤੀ ਨਿਊਰੋ ਹੀਲਿੰਗ ਥੈਰੇਪੀ ਦੀ, ਇਹਦੇ ਵਿੱਚ ਆਪ ਆਪਣਾ ਇਲਾਜ ਵੀ ਕਰਾਈਏ ਔਰ ਆਪਣੇ ਬੱਚਿਆਂ ਨੂੰ ਨਾਲ ਕੋਸ਼ਿਸ਼ ਕਰੀਏ ਕਿ ਇਹਨਾਂ ਗੁਰਮੁਖ ਪਿਆਰਿਆਂ ਤੋਂ ਜਿਹੜਾ ਹੈ ਉਹ ਲਾਹਾ ਪ੍ਰਾਪਤ ਕਰਨ, ਬੱਚੇ ਸਿੱਖਣ ਅਤੇ ਸਿੱਖ ਕੇ ਫਿਰ ਆਪਣੇ ਸ਼ਹਿਰ ਵਿੱਚ ਰਹਿ ਕੇ ਹੀ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦਾ ਆਪਣੇ ਸੰਗੀਆਂ ਸਾਥੀਆਂ ਦਾ ਇਲਾਜ ਕਰਦੇ ਰਹਿਣ। ਸੋ ਇਹ ਮੈਂ ਜ਼ਰੂਰ ਆਪ ਸੰਗਤ ਨੂੰ ਬੇਨਤੀ ਕਰਾਂਗਾ ਕਿ ਜ਼ਰੂਰ ਆਪਾਂ, ਔਰ ਜਿੱਥੇ ਅੱਜ ਕੱਲ੍ਹ ਸਾਡੇ ਬੱਚੇ ਆਪਾਂ ਬੇਰੁਜ਼ਗਾਰੀ ਦੇ ਵਿੱਚ, ਇਸ ਆਪਾਂ ਇਸ ਨੂੰ ਰੁਜ਼ਗਾਰ ਦੇ ਵਿੱਚ ਵੀ ਲੈ ਕੇ ਆ ਸਕਦੇ ਹਾਂ ਕਿ ਅਗਰ ਤੁਸੀਂ 30-40 ਰੁਪਏ ਪੇਸ਼ੈਂਟ ਦੀ ਫੀਸ ਰੱਖਦੇ ਹੋ ਤਾਂ ਮੇਰੇ ਖਿਆਲ 'ਚ 5 ਦਿਨ ਵਿੱਚ ਬੰਦਾ ਉਹ ਠੀਕ ਹੋ ਜਾਂਦਾ ਹੈ, ਅਗਰ 50 ਰੁਪਏ ਵੀ ਫੀਸ ਹੋਏ ਤਾਂ 250 ਰੁਪਏ ਵਿੱਚ ਠੀਕ ਹੋ ਗਏ। ਜਦਕਿ ਅਸੀਂ ਕਿਸੇ ਬਿਮਾਰੀ ਦਾ ਟੈਸਟ ਕਰਵਾਉਣ ਜਾਂਦੇ ਸਾਡਾ 1500-2000 ਤਾਂ ਟੈਸਟਾਂ 'ਤੇ ਲੱਗ ਜਾਂਦਾ, ਅਤੇ ਮੇਰੇ ਖਿਆਲ 'ਚ ਜਿਹੜੇ ਬੱਚੇ ਬੇਰੁਜ਼ਗਾਰ ਨੇ ਉਹ ਕੁਝ ਮਹੀਨੇ ਲਾ ਕੇ ਮਹਾਂਪੁਰਸ਼ਾਂ ਤੋਂ ਸਿੱਖ ਕੇ ਆਪਣਾ ਰੁਜ਼ਗਾਰ ਵੀ ਚਲਾ ਸਕਦੇ ਨੇ ਔਰ ਆਪਣਾ ਅਤੇ ਪਰਿਵਾਰ ਦਾ ਔਰ ਲੋਕਾਂ ਦਾ ਭਲਾ ਵੀ ਕਰ ਸਕਦੇ ਨੇ। ਸੋ ਇਸ ਸੰਬੰਧੀ ਜਿਹੜਾ ਹੈ ਮੈਂ ਜ਼ਰੂਰ ਸੰਗਤ ਨੂੰ ਬੇਨਤੀ ਕਰਾਂਗਾ, ਕਿਉਂਕਿ ਮਹਾਂਪੁਰਸ਼ ਤਾਂ ਆਏ ਨੇ, 10-15 ਦਿਨ ਬਾਅਦ ਫਿਰ ਚਲੇ ਜਾਣਗੇ, ਫਿਰ ਪਤਾ ਨਹੀਂ ਯੋਗੀ ਕਦੋਂ ਆਉਂਦੇ ਨੇ ਅਤੇ ਕਦੋਂ ਨਹੀਂ। ਇਸ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸਿਖਾਈਏ ਤਾਂ ਕਿ ਸਾਡੇ ਸ਼ਹਿਰ ਵਿੱਚ, ਸਾਡੇ ਪਿੰਡਾਂ ਵਿੱਚ ਰਹਿ ਕੇ ਸਾਡੇ ਬੱਚੇ ਆਪਣੇ ਸਮਾਜ ਦੀ ਸੇਵਾ ਕਰ ਸਕਣ। ਧੰਨਵਾਦ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ। ਜਿਵੇਂ ਬਾਬਾ ਜੀ ਨੇ ਦੱਸਿਆ ਕਿ ਜਿਹੜੇ ਬੱਚੇ ਪੜ੍ਹੇ ਲਿਖੇ ਨੇ, ਅੱਗੇ ਵੀ ਅਸੀਂ ਬੇਨਤੀ ਕੀਤੀ ਸੀ ਕਿ ਜਿਹੜੇ 10ਵੀਂ ਪਾਸ ਨੇ ਜਾਂ 12ਵੀਂ ਪਾਸ ਬੱਚੇ ਨੇ ਉਹ 1 ਸਾਲ ਦਾ ਇਹ ਕੋਰਸ ਹੈ, ਆਰਾਮ ਨਾਲ ਸਿੱਖ ਸਕਦੇ। ਔਰ ਇਹਦਾ ਰਿਜ਼ਲਟ ਕੀ ਹੈ ਕਿ 100 ਪੇਸ਼ੈਂਟ ਇੱਥੇ ਆਉਂਦੇ ਨੇ, 99 ਠੀਕ ਹੋ ਜਾਂਦੇ ਔਰ ਕੁਦਰਤੀ ਤੌਰ 'ਤੇ ਬਿਨਾਂ ਦਵਾਈ ਤੋਂ ਵਧੀਆ ਥੈਰੇਪੀ ਇਹ ਮਤਲਬ
जो बिल्कुल नैचुरल, कोई दवाई की जरूरत नहीं और कोई वड्डे करोड़ों रुपए के होस्पिटल बनाने की लोड़ नहीं, आपां अपने घर दे विच भी कर सकते हैं, आस पास जो अपना गली है मोहल्ला है उत्थे कर सकते हैं। तो जिवें फिरोजपुर शहर है, मान लो इत्थे 100 बच्चे भी अगर इलाज करते हैं तो बेरोज़गारी कितनी खत्म होगी। सारे शहरों के 100, 200, 500, 1000 बच्चा भी अगर इलाज करता है तो बहुत बड़ा एक परोपकार है। सो कोशिश करिए कि आपां ये विद्या सीखी भी, क्योंकि जो संत महात्मा लोग होंगे ने, बुद्ध पुरश होंगे ने, उदों लोग लाहा नहीं लेंदे और बाद दे विच फिर भटकते रहते। तो कोशिश करिए कि आपां वध तो वध ये कुदरती इलाज को सीखी, ठीक है ना। नाले आपां नूं पता लगे, क्योंकि अपना देश अनपढ़ होने करके ज़्यादा अंधविश्वासां च तुरिया फिरदा, उत्थों ठीक होएगा उत्थों ठीक होएगा, पता किसी गल का नहीं, और जिथों पता लगना है उत्थे आपां कुछ पाना नहीं चाहते। कोशिश करिए कि आप जो 10 या 12 पढ़े बच्चे ने, संस्था वालों बहुत सारी सहूलत भी है, तो उदा लाहा लैके वध तो वध सिखाइए और लोगों का भला करन। बच्चे एक साल का कोर्स है, साल तो एवं लंघ जाता, तो यदा वध तो वध लाहा दी। बाकी अब चौथा दिन है, तकरीबन 500-600 संगतों का इलाज हो चुके हैं, और भी संगत आ रही ने, बाहरों भी वीट एलर्जी के पेशेंट भी आ चुके हैं, वो भी सारे तकरीबन ठीक ने, बाहर सिरसा तो आए हुए हैं और अमृतसर तो भी आए हुए हैं, और भी अलग अलग जगह तो जिहड़े पेशेंट आए हैं, सारे बच्चों को फायदा है। और एक बच्चा काफ़ी 4-5 साल तो उन्हें रोटी भी नहीं खाधी और रोटी भी खा रहा है, बिल्कुल ठीक है। तो जिहड़े वीट एलर्जी के पेशेंट ने, वो भी आपका पहुँच के इलाज करा सकते हैं। अजे कई दिन पे ने, 18 तरीक तक ये कैंप चलेगा फिरोजपुर शहर पंजाब के, इतने आप पहुँच के अपना लाहा लीए, यही सारिया संगत चलना। Thank you.